ये है जी सिडनी का ACCOR स्टेडियम। 2000 च इतने ओलंपिक गेम हुई सी जी। ये बड़े लंबे चौड़े एरिए दे विच बने हुए है जी। ये बाहरली साइड में लै रहे हैं जी, बारों तो नूं देख रहे हैं। दो हज़ार च जिहड़ियां ओलंपिक गेम हुई सी कैथी फ्रीमैन पार्क, इधरले पासे खब्बे हाथ पार्क बनया हुआ उहदे नां ते। 2000 च जिहड़ियां ओलंपिक गेम हुई सी, मशाल ये इस लड़की के हाथ विच सी, कैथी के हाथ विच मशाल सी, ते फ्रीमैन उहदा गोत सी। उहदी याद दे विच इक याद बनाई हुई है, अजे भी है लेडी, वह बड़ी तकड़ी है। उदो यंग सी जदों हाथ च मशाल दित्ती गई सी। इधर सामने फुटबॉल ग्राउंड उहदे नां ते बनया होया है। तो मैं संगा साहब नूं एक बेनती होर करदा है वी, संगा साहब तुसीं इन्हां बारे दसो, मतलब पैथी जी बारे दसो। देखो भुल्लर साहब, असीं अप्रैल 2000 दे विच आस्ट्रेलिया एंटर होए सी। हां जी। ते जदों असीं एंटर होए सानूं देश दा लगना सी अजीब, क्योंकि कित्थे डिवेलप्ड कंट्री आ हैगे, कित्थे साडे इंडिया वर्गे अंडर डिवेलप्ड कंट्री आ, इह पहले दर्जे दे देश है दुनिया च, उह तीजे दर्जे च आ जांदे आ। तो फिर असीं आ के इत्थे जो देखिया पता, फिर हुण बहुत कुछ है शहर विच, हार्बर ब्रिज है जिथे ओपरा हाउस है, क्वीन विक्टोरिया बिल्डिंग है, रेलवे सिस्टम है, टेलीकम्युनिकेशन सिस्टम है, रोड नेटवर्क है अंतरा, ते होर एजुकेशन का सिस्टम बड़ा कमाल दा आ, हेल्थ सिस्टम भी बड़ा वधिया मैं लगा, क्योंकि उदो आपां खड़ा सी, कंट्रास्ट चलता सी इंडिया दे नाल, उदां दे देशां दे नाल। हां जी। उस वेले फिर बंदे नूं बहुत वधिया लगदा। छबील लगती है गुरु अर्जन देव जी दे वेले, जिदा आप छबील लाने सारा पानी पिया जाता, लंगर भी छकाया जाता, उस तरीके ने गोरिया के भी फेस्टिवल इदा दे हैगे आ। ਨਹੀਂ ਜਿਹੜਾ ਓਲੰਪਿਕ ਗੇਮਾਂ ਹੋਈਆਂ ਸੀ ਇਹ ਜਿਹੜੇ ਸਟਾਲ ਉਹਦੇ ਕਰਕੇ ਲੱਗੇ ਸੀ। ਨਹੀਂ ਉਹ ਤਾਂ ਈਸਟਰ ਦਾ ਤਿਉਹਾਰ ਸੀ। ਅੱਛਾ ਠੀਕ ਹੈ, ਤਿਉਹਾਰ ਕਰਕੇ ਈਸਟਰ ਦਾ ਤਿਉਹਾਰ ਦੇ ਵੇਲੇ ਮੈਂ ਓਲੰਪਿਕ ਪਾਰਕ ਬਾਰੇ ਦੁਆਰਾ ਆਰੰਭ ਮੁੜ ਕੇ ਇਹਨੂੰ ਗੱਲ ਕਰਦਾ। ਹਾਂਜੀ, ਤੁਸੀਂ ਗੇਮਾਂ ਦੇਖੀਆਂ ਹੋਣੀਆਂ ਇਹਦੇ ਬਾਰੇ ਦੱਸੋ। ਮੈਂ ਗੇਮਾਂ ਰੇਲਵੇ ਸਾਡੇ ਡਿਊਟੀਆਂ ਲੱਗੀਆਂ ਸੀ ਉੱਪਰ ਸਿਕਿਉਰਿਟੀ ਕਰਨ ਦੇ ਉੱਤੇ, ਕਰਾਊਡ ਕੰਟਰੋਲਿੰਗ ਤੇ ਸੀ ਖਾਸ ਕਰਕੇ। ਹਾਂਜੀ, ਕਰਾਊਡ ਕੰਟਰੋਲਿੰਗ ਇੱਕ ਟਰਮ ਹੈ ਇੱਥੇ, ਜਿਹਦੇ ਵਿੱਚ ਜਨਤਾ ਬਹੁਤ ਜ਼ਿਆਦਾ ਦੁਨੀਆਂ ਤੋਂ ਆਈ ਹੋ ਸੀ, ਟ੍ਰੇਨਾਂ ਦੇ ਵਿੱਚ ਭਰੀਆਂ ਜਾਂਦੀਆਂ ਸੀਗੀਆਂ, ਨਵੀਂ ਨਵੀਂ ਟ੍ਰੇਨ ਇੱਥੇ ਨੀ ਲੱਗੀ ਸੀ ਅਲੇਟਕਮ ਤੋਂ, ਅਸੀਂ ਕਰਾਊਡ ਕੰਟਰੋਲ ਦੇ ਉੱਤੇ ਸਾਡੀ ਡਿਊਟੀ ਸੀ। ਹਾਂਜੀ ਹਾਂਜੀ, ਕੋਈ ਇੱਥੇ ਹੱਲਾ ਗੁੱਲਾ ਨਾ ਹੋਵੇ, ਸਾਰੇ ਲੋਕ ਠੀਕ ਤਰ੍ਹਾਂ ਬੈਠ ਕੇ ਗੱਡੀਆਂ 'ਚ ਗੇਮਾਂ ਦੇਖਣ ਆਣ, ਕਿਉਂਕਿ ਹੁਣ ਸਾਡੀਆਂ ਡਿਊਟੀਆਂ ਸੀਆਂ, ਅਸੀਂ ਗੇਮਾਂ ਤਾਂ ਖੁਦ ਦੇਖ ਨਹੀਂ ਸਕਦੇ ਅੰਦਰ, ਕਿਉਂਕਿ ਅਸੀਂ ਤਾਂ ਸਾਡਾ ਮਤਲਬ ਹੋਰ ਪਾਸੇ ਡਿਊਟੀ ਸਾਰੀ ਹੈ, ਬਿਲਕੁਲ ਡਿਊਟੀ ਕਰਨੀ ਪੈਂਦੀ। ਉਦੋਂ ਫਿਰ ਗੇਮਾਂ ਇੱਥੇ ਹੋਈਆਂ, ਓਲੰਪਿਕ ਗੇਮਾਂ ਸਾਰੇ ਵਰਲਡ ਦੀਆਂ, ਇੱਥੋਂ ਦੀ ਕੈਥੀ ਫ੍ਰੀਮੈਨ ਖਾਸ ਕਰਕੇ ਜਿਹੜੀ ਰੇਸਰ ਸੀ ਬਹੁਤ ਬੜੀ ਓਰਿਜਨਲ ਲੇਡੀ, ਉਹਨੇ ਲੀਡ ਕੀਤੀਆਂ ਓਲੰਪਿਕ, ਜਿਹੜਾ ਹੁੰਦਾ ਲੈ ਕੇ ਮੁਹਰੇ ਲਾਈਟ ਲੈ ਕੇ ਜਾਂਦੇ ਆ, ਉਹ ਲਾਈਟ ਲੈ ਕੇ ਤੁਰੀ, ਉਹ ਬੜੀ ਵੱਡੀ ਰੇਸਰ ਸੀ ਕੈਥੀ ਫ੍ਰੀਮੈਨ, ਤੇ ਉਹ ਤਾਂ ਹੋਰ ਇੱਥੋਂ ਦੇ ਕਈ ਬੰਦੇ ਜਿਹੜੇ ਸਵਿਮਿੰਗ ਬੜੀ ਮਸ਼ਹੂਰ ਹੈ ਆਸਟ੍ਰੇਲੀਆ ਦੀ, ਬੜੇ ਵੱਡੇ ਵੱਡੇ ਸਵਿਮਰ ਹੋਏ, ਬੜੇ ਸਵਿਮਰ ਤਕੜੇ ਹੋਏ ਆ, ਤੇ ਹੋਰ ਖੇਤਰਾਂ ਵਿੱਚ ਵੀ
ਇਥੋਂ ਦੇ ਖੇਡਾਂ ਦੇ ਵਿੱਚ ਬਹੁਤ ਆਸਟ੍ਰੇਲੀਆ ਅੱਗੇ ਆ। ਹਾਂਜੀ, ਜਦ ਤੁਸੀਂ ਕਾਮਨਵੈਲਥ ਗੇਮਾਂ ਦੇਖਦੇ ਆ, ਬਿਲਕੁਲ ਬਿਲਕੁਲ, ਕਾਮਨਵੈਲਥ ਗੇਮਾਂ ਦੇ ਵਿੱਚ ਤੁਸੀਂ ਦੇਖੋ ਨਾ, ਉਹਦੇ ਵਿੱਚ ਆਸਟ੍ਰੇਲੀਆ ਬਹੁਤ ਉੱਪਰ ਹੁੰਦਾ ਤੇ ਉਹਦੇ ਚ ਕੈਨੇਡਾ ਵਗੈਰਾ ਥੱਲੇ ਰਹਿ ਜਾਂਦੇ ਆ, ਇੰਗਲੈਂਡ ਵਗੈਰਾ। ਹਾਂਜੀ ਹਾਂਜੀ, ਤੇ ਮਤਲਬ ਇਹ ਬਹੁਤ ਧਿਆਨ ਦਿੰਦੇ ਖੇਡਾਂ ਵੱਲ ਵੀ, ਜਿਹੜੀਆਂ ਏਦਾਂ ਦੀਆਂ ਹੋਰ ਰੀਕ੍ਰੀਏਸ਼ਨਲ ਐਕਟੀਵਿਟੀਜ਼ ਹੈਗੇ ਉਹਨਾਂ ਵੱਲ ਵੀ। ਇਹ ਦੇਸ਼ ਦਾ ਖਾਸ ਹੈ, ਬਾਕੀ ਇੱਥੇ ਐਸ ਜਿਹੜਾ ਸਟੇਡੀਅਮ ਹੈ ਜਿਹਦੇ ਮੂਹਰੇ ਮੈਂ ਖੜਾ, ਇਹਨੂੰ ਓਲੰਪਿਕ ਪਾਰਕ ਏਰੀਆ ਕਹਿੰਦੇ ਆ। ਇਹ ਬਹੁਤ ਖੁੱਲਾ ਏਰੀਆ, ਜਦੋਂ ਨਵਾਂ ਨਵਾਂ ਡਿਵੈਲਪ ਹੋਇਆ ਸੀ, ਬਣਾਇਆ ਸੀ ਇਹ ਤੇ ਸਨ 2000 ਦੇ ਵਿੱਚ। ਇੱਥੇ ਨੂੰ ਸਪੈਸ਼ਲ ਟ੍ਰੇਨਾਂ ਲੱਗੀਆਂ, ਹੁਣ ਵੀ ਟ੍ਰੇਨ ਇੱਥੇ ਆ ਰਹੀ ਆ, ਉਦੋਂ ਪੱਕੀ ਸੜਕ ਇੱਥੇ ਨੂੰ ਰੇਲਵੇ ਲਾਈਨ ਨਿਕਲ ਗਈ ਸੀ। ਤੇ ਇਹਦੇ ਵਿੱਚ ਕਈ ਸਟੇਡੀਅਮ ਹੈ ਜਿੱਥੇ ਹੁਣ ਐਂਟਰਟੇਨਮੈਂਟ ਪ੍ਰੋਗਰਾਮ ਹੁਣ ਵੀ ਹੁੰਦੇ ਆ। ਅੱਛਾ ਅੱਛਾ, ਹੁਣ ਵੀ ਹੁੰਦੇ ਆ, ਗੇਮਾਂ ਵੀ ਹੁੰਦੀਆਂ ਰਹਿੰਦੀਆਂ। ਅੱਛਾ, ਕਈ ਵਾਰੀ ਭੰਗੜੇ ਪੈਂਦੇ ਆ, ਗਿੱਧੇ ਪੈਂਦੇ ਆ, ਗਿੱਧੇ ਵੀ ਪਏ ਸੀ ਕਈ ਵਾਰੀ। ਇੱਕ ਵਾਰੀ ਗਿੱਧਾ ਪਿਆ ਸੀ, ਮੇਰੀ ਲੜਕੀ ਗਿੱਧੇ ਵਿੱਚ ਹੁੰਦੀ ਸੀ, ਟੀਮ ਬਣੀ ਸੀ ਲੇਡੀਜ਼ ਦੀ, ਉਹ ਵੱਡੇ ਵੱਡੇ ਪੱਧਰ ਤੇ ਗਿੱਧਾ ਪਾ ਕੇ ਇੱਥੇ ਗਈਆਂ ਸੀਗੀਆਂ ਓਲੰਪਿਕ ਪਾਰਕ ਦੇ ਵਿੱਚ। ਹੋਰ ਗਾਣ ਵਜਾਣ ਵੀ ਹੁੰਦਾ ਰਹਿੰਦਾ, ਕਈ ਵਾਰੀ ਕੋਈ ਆ ਕੇ ਲੋਕੀ ਬੁੱਕ ਕਰਾ ਲੈਂਦੇ ਆ, ਜਿਹੜੇ ਸਿੰਗਰ ਸੁੰਗਰ ਵੀ ਆਉਂਦੇ ਆ, ਮਿਊਜ਼ੀਕਲ ਪ੍ਰੋਗਰਾਮ ਵੀ ਹੁੰਦੇ ਆ। ਤੇ ਇੱਥੇ ਨੋਬਟਲ ਹੋਟਲ ਹੈ, ਖਾਸ ਵੱਡੀ ਗੱਲ। ਹਾਂ, ਕਿਹੜਾ ਹੋਟਲ ਜੀ? ਨੋਬਟਲ। ਅੱਛਾ, ਨੋਬਟਲ ਹੋਟਲ ਨਾਲੇ ਪੈਂਦਾ ਪਿੱਛੇ। ਹਾਂਜੀ, ਤੁਸੀਂ ਉੱਥੇ ਆ ਕੇ ਆਪਣੀ ਬੁਕਿੰਗ ਵੀ ਕਰਾ ਸਕਦੇ ਆ। ਅੱਛਾ, ਤੇ ਇੱਥੇ ਨਾਲ ਲੱਗਦਾ ਟੈਕਸੀ ਰੈਂਕ ਹੈ, ਜਿੱਥੇ ਟੈਕਸੀ ਅਕਸਰ ਤੁਹਾਨੂੰ ਮਿਲ ਜਾਣੀ ਆ, ਵੀ ਜਿੱਥੇ ਮਰਜ਼ੀ ਸਿਡਨੀ ਨੂੰ ਉਸ ਟੈਕਸੀ ਰੈਂਕ ਤੋਂ ਜਾ ਸਕਦੇ ਆ। ਤੇ ਬਾਕੀ ਇੱਥੇ ਰੇਲਵੇ ਸਟੇਸ਼ਨ ਵੀ ਆ, ਰੇਲ ਜਦੋਂ ਮਰਜ਼ੀ ਫੜ ਸਕਦੇ ਆ।